ਇਹ ਕਿਵੇਂ ਸਾੜ ਲਈ ਤੁਹਾਡਾ ਜ਼ੁਲਮ ਕੋੜੇ ਖਾਂਦੇ ਆ ਜ਼ੁਲਮ ਮੈਂ ਉਹ ਤੇ ਤੈਨੂੰ ਡਾਂਗ ਮਾਰੀ ਕਦੀ ਹਲਕੀ ਹੋ ਜਾਂਦੀ ਆ, ਕਦੀ ਤੇਜ਼ ਹੋ ਜਾਂਦੀ ਆ। ਅਲੀ ਨੇ ਆਪਣੇ ਮੋਬਾਈਲ ਤੇ ਹੱਥ ਰੱਖਿਆ। ਹਾਂਜੀ, ਰੱਖਣਾ ਪੈਂਦਾ। ਆਪਣਾ ਕੋਈ ਫਿਕਰ ਨੀ, ਬੀਵੀ ਦਾ ਕੋਈ ਫਿਕਰ ਨੀ ਵੀ ਮੈਂ ਇਹੀ ਹੱਥ ਆਪਣੀ ਬੀਵੀ ਦੇ ਸਿਰ ਤੇ ਰੱਖਾਂ ਤੇ ਬਾਰਿਸ਼ ਕੋਈ ਰੁਕੇ, ਛਾਤਾ ਬੰਦਾ ਬਣਾ ਲਵੇ। ਅੱਛਾ ਜੀ, ਮੈਂ ਛਾਤੇ ਆਈ ਆ ਤੇ ਕਨੋਪੀਆਂ ਧੋਤੀਆਂ ਗਈਆਂ, ਦੇਖੋ ਕਿੰਨੀਆਂ ਚਮਕਣ ਲਈਆਂ। ਐ ਦਿਖਾਇਓ, ਉਹ ਲੱਗ ਰਿਹਾ ਕਿੰਨਾ ਸੋਹਣਾ ਲੱਗ ਰਿਹਾ, ਇਧਰੋਂ ਸਹੀ ਨਜ਼ਰ ਆ ਰਿਹਾ। ਹਾਂਜੀ, ਪਲੇਟਾਂ ਵੀ ਧੋਤੀਆਂ, ਸਟੈਂਡ ਵੀ। ਤੇ ਅਲੀ ਨੇ ਕੱਲ ਇੱਥੇ ਸਾਰਾ ਵਾਈਪਰ ਫੇਰਿਆ ਸੀ ਬਾਰਿਸ਼ ਦੇ ਵਿੱਚ, ਹੁਣ ਕਹਿ ਰਹੇ ਸੀ ਮੇਰੇ ਜਿਸਮ 'ਚ ਦਰਦ ਹੁੰਦੀ ਹੈ ਤੇ ਮੈਂ ਚਾਹ ਬਣਾ ਕੇ ਦਿੱਤੀ ਆ। ਤੇ ਮੈਂ ਕਿਹਾ ਪਕੌੜੇ ਬਣਾਉਂਦੀ ਹਾਂ ਅੰਮਾ ਜੀ, ਉਹਨਾਂ ਨੂੰ ਦੇ ਕੇ ਆਉਂਦੀ ਹਾਂ, ਖੜ ਤੇ ਆਉਂਦੇ ਹਾਂ, ਥੋੜ੍ਹਾ ਜਿਹਾ ਅੱਖਾਂ 'ਚ ਸਕੂਨ ਆਵੇ। ਅੱਖਾਂ ਨੂੰ ਵੀ ਸਕੂਨ ਸਾਡੇ ਤਾਂ ਹੀ ਆਉਂਦਾ ਵਾ, ਤਾਂ ਹੀ ਛੱਤ ਦੇ ਨਹੀਂ ਆਉਂਦੀ ਹੈ, ਨੈੱਟ ਨਾ ਹੋਵੇ ਤਾਂ। ਨੈੱਟ ਹੈ ਨਹੀਂ ਹੈ ਜੀ, ਨੈੱਟ ਤਾਂ ਤੰਗ ਕਰਦਾ, ਅੱਗੇ ਬਿਜਲੀ ਚਲੀ ਜਾਂਦੀ ਹੈ, ਹੁਣ ਬਿਜਲੀ ਹੈ, ਨੈੱਟ ਚਲਿਆ ਗਿਆ। ਤੇ ਇਹ ਮਸਲਾ ਸਾਡਾ ਘਾਹ ਚੱਲ ਗਿਆ ਵਾ, ਉਧਰਲਾ ਜ਼ਰਾ ਕਮਜ਼ੋਰ ਆ, ਇਹ ਹੁਮੈਰਾ ਵਾ, ਠੀਕ ਹੋ ਜਾਵੇ, ਇਹ ਹੁਮੈਰਾ ਵਾ ਤੇ ਉਹ ਅਲੀ। ਚਲੋ ਹੁਣ ਤੇ ਗਈਆਂ ਨੇ। ਆਹ ਮੇਰਾ ਚਿੱਟਾ ਫੁੱਲ ਨਹੀਂ, ਕਿੰਨਾ ਸੋਹਣਾ ਲੱਗ ਰਿਹਾ ਮਸਲਾ। ਗੁਲਦੁਪਹਿਰੇ ਵੀ ਖਿਲੀ ਪਈ ਹੈ, ਜਾਮਨ ਤੋਂ ਮਸਲਾ ਰੌਣਕਾਂ ਲੱਗੀਆਂ ਪਈਆਂ। ਤੇ ਉਧਰੋਂ ਪਲਾਟ ਵੀ ਦਿਖਾਉਂਦੇ ਆ, ਫਿਰ ਨੀਚੇ ਜਾਂਦੇ ਆ ਛੱਤ ਤੋਂ ਖਲੋ ਕੇ ਆਪਣਾ ਖੇਤ। ਲੈ ਉਹ ਵਿਚਾਰਾ, ਉਹ ਆਪ ਚਾਰ ਤਿੰਨ ਪਏ। ਮਾਸ਼ਾਅੱਲਾ, ਇੱਧਰੋਂ ਸਾਡਾ ਪਲਾਟ ਸਹੀ ਨਹੀਂ ਹੁੰਦਾ। ਇੱਥੋਂ ਆਪ ਅਲੀ, ਇਹ ਬਾਰਿਸ਼ ਪਈ ਕਰਕੇ ਦੇਖੋ ਨਾ ਉੱਪਰੋਂ ਵਾਈਟ ਵਾਈਟ ਗੋਸ਼ੇ ਕੱਢਣ ਦੇ ਬਾ। ਹਾਂ, ਸ਼ਾਖਾਂ ਸ਼ਾਖਾਂ ਕੱਢਣ ਦੇ। ਮਾਸ਼ਾਅੱਲਾ ਬਾਗ ਦੇ ਉੱਤੋਂ ਵੇਖੋ ਜੀ, ਚਿੱਟਾ ਚਿੱਟਾ ਗੋਸ਼ੇ, ਚਿੱਟੇ ਚਿੱਟੇ ਸਰਸਬਜ਼। ਚਲੀਏ ਥਲੇ, ਚਲੀਏ ਪਕੌੜੇ ਬਣਾਈਏ, ਜਾ ਕੇ ਸਮਾਨ ਤਿਆਰ ਕਰੀਏ ਤੇ ਫਿਰ ਖਾਈਏ। ਬੱਦਲ ਦੇਖੋ ਅੰਮੀ ਜੀ, ਹੁਣ ਹਲ ਨਸਿਆ ਜਾ ਰਿਹਾ। ਅੱਜ ਸੋਲਰ ਮਸ਼ੀਨ ਚਲਾਇਆ? ਨਹੀਂ, ਮੈਂ ਸਵੇਰੇ ਬੰਦ ਕਰ ਦਿੱਤਾ ਜੀ, ਤਾਂ ਬਾਰਿਸ਼ ਹੀ ਨਹੀਂ। ਮਰਚਾਂ ਤਾਂ ਹੋਈ ਪੈਣੀਆਂ, ਫਿਰ ਅੰਮਾ ਜੀ ਕੋ ਨਹੀਂ ਨਾ ਖਾਦੀਆਂ ਜਾਣੀਆਂ, ਬਾਜੀ ਨੇ ਵੀ ਨਵੇਂ ਦੰਦ ਰੱਖੇ। ਅੱਛਾ ਜੀ, ਦੋ ਆਲੂ, ਚਾਰ ਬੰਦੇ ਆ, ਚਾਰ ਹੀ ਖਾਵਾਂ। ਮਿਰਚਾਂ ਸਿਰਫ ਐਵੇਂ ਆਲੂ ਕੱਟਿਆ ਕਰ, ਬਰੀਕ ਬਰੀਕ ਛਿਲਕਾ। ਅੱਛਾ ਜੀ, ਕੱਟਣਾ ਸਾਰਾ ਹੀ ਪਤਾ, ਉਂਝ ਜਿਹੜਾ ਬਾਰਿਸ਼ ਦੇ ਵਿੱਚ ਪਕੌੜੇ ਨਾ ਹੋਣ ਤਾਂ ਫਿਰ ਬੰਦੇ ਨੇ ਬਾਰਿਸ਼ ਚ ਪਕੌੜੇ ਨਾ ਖਾਦੇ ਤਾਂ ਖਾਦਾ ਸੌਣ ਦੀ ਚੜੀ, ਇਹਨਾਂ ਦੋ ਆਲੂਆਂ ਦੀ ਚਿਪਸ, ਇਹਨਾਂ ਦੇ ਪਕੌੜੇ, ਪ੍ਰੋਗਰਾਮ ਸਾਡਾ ਚੇਂਜ, ਠੀਕ ਹੈ। ਮੂੰਹ ਸਲੂਣਾ ਤੇ ਅਸੀਂ ਕਰਨ ਨੂੰ ਸ਼ੇਰ ਹਾਂ, ਤੇ ਬਾਅਦ ਚ ਜਦੋਂ ਮੇਡਿਆਂ ਦਾ ਬੇੜਾ ਕਰਕ ਹੁੰਦਾ ਨਾ।
ਮੈਨੂੰ ਲੱਗਦਾ ਹੈ ਵੀ ਸਾਡਾ ਚਿਪਸ ਖਾਣ ਦਾ ਜਿਹੜਾ ਪ੍ਰੋਗਰਾਮ ਹੈ ਨਾ, ਉਹ ਸਾਨੂੰ ਕੈਂਸਲ ਕਰਨਾ ਪੈਣਾ, ਕਿਉਂਕਿ ਸਾਡੇ ਜਿਹੜੇ ਆਲੂ ਨੇ ਨਾ, ਮੇਰਾ ਉੱਥੋਂ ਇੱਥੋਂ ਕੱਟ ਲੈ, ਪਰਲੇ ਪਾਸੋਂ ਕੱਟ ਲੈ। ਡੀਕ ਬਰੀਕ ਤੇ ਕੱਟ ਕਰ ਜਾਂਦਾ ਇਹਦਾ ਬੇਰੀ ਜੁਰੀ ਕਿ ਮੈਂ ਚਾਸ ਨਹੀਂ ਕਰਦੀ ਹੈ। ਪਤਾ ਨਹੀਂ ਆਲੂ ਹੁਣ ਕੀ ਹੈ ਵਿੱਚੋਂ ਬਾਹਰ ਐਡੇ ਸੋਹਣੇ। ਇੰਨੇ ਕੁ ਚਿਪਸ ਕਰਨ ਦਾ ਕੀ, ਇੰਨੇ ਕੁ ਚਿਪਸ ਕੀ ਬਣਨੇ? ਮੈਂ ਤੈਨੂੰ ਪਕੌੜੇ ਹੀ ਬਣਾ ਲਿਆ ਤੂੰ ਸੋਹਣੇ ਬੜੇ। ਨਹੀਂ ਹੁਣ ਮੈਂ ਕੱਟ ਲਏ, ਹੁਣ ਤਾਂ ਮੈਂ ਕਹਾਂ ਥੋੜ੍ਹੇ ਹੋਏ ਨਾ ਕੱਢੂੰਗੀ ਜ਼ਰੂਰ, ਜਾਂ ਤਾਂ ਮੈਨੂੰ ਕਹਿਣਾ ਸੀ ਜਾਂ ਮੈਂ ਕਿਹਾ ਤੇ ਹੁਣ ਬਰੀਕ ਬਰੀਕ ਕੱਟ ਸੇ ਚਿਪਸ ਬਰੀਕ ਕੌਣ ਕੱਟਦਾ ਹੁੰਦਾ? ਚਿਪਸ ਬਰੀਕ ਹੀ ਹੁੰਦੇ ਨੇ, ਐਵੇਂ ਬਰੀਕ ਹੁੰਦੇ ਨੇ, ਉਹ ਨਹੀਂ ਖਾਣ ਵਾਲੇ ਹੁੰਦੇ। ਵਾਹ, ਆਲੂ ਬਾਹਰੋਂ ਬੁਰਕੜੇ ਹਨ ਵਿੱਚੋਂ ਸੌਫਟ ਹੋਣ, ਉਹ ਹੁੰਦੇ ਚਿਪਸ ਖਾਣ ਵਾਲੇ। ਬਸ ਆਪਣੇ ਸਾਇਜ਼ ਹੀ ਕੱਢਿਆ ਕਰ। ਯਾ ਅੱਲਾ ਸੋਹਣਾ, ਮਤਲਬ ਤੇਰੇ ਨਾਲ ਠੀਕ ਨਿਕਲਿਆ। ਠੀਕ ਹੈ ਠੀਕ ਹੈ, ਠੀਕ ਜਾਂਦੀ ਕਰ ਤੂੰ, ਇੰਨੇ ਕੁ ਦਿਖੋ ਨਹੀਂ। ਹਾਏ ਲੱਜੀ ਯਾਰ, ਇੰਨੇ ਕੋੜੇ ਆ ਨਾ, ਬੰਦੇ ਨੇ ਹੈਲਮੈਟ ਪਾ ਕੱਟਣੇ ਚਾਹੀਦੇ। ਬੜੀ ਗੱਲ ਕੀਤੀ, ਬੜੇ ਸੱਚੀ ਕੋੜੇ, ਅੱਖਾਂ ਦੀ ਤਰ੍ਹਾਂ ਕੱਢ ਦਿੰਦੇ। ਅੱਛਾ ਜੀ, ਲੰਬੇ ਲੰਬੇ ਪਿਆਜ਼ ਕੱਟੇ ਅਤੇ ਉੱਧਰ ਮੈਂ ਓਇਲ ਰੱਖ ਲਿਆ ਵਾ ਚਿਪਸ ਵਾਸਤੇ। ਮੈਂ ਕਿਹਾ ਨਾਲ ਨਾਲ ਇਹ ਸਮਾਨ ਤਿਆਰ ਕਰਦੇ ਹਾਂ। ਹਾਂਜੀ, ਪਰਸੋਂ ਨਹੀਂ ਕਹੀ ਮੈਂ ਖਿਆਲ ਨਾ ਚੌਥ ਉੱਧਰ ਬਰੀਕ ਬਰੀਕ ਮਿਰਚ ਕੱਟ ਲਈਆਂ ਦੋ ਛੋਟੀ ਛੋਟੀਆਂ ਆਲੂ, ਬਸ ਕੋਈ ਛੋਟਾ ਕੱਟਿਆ ਜਾਣਾ ਤੇ ਕੋਈ ਵੱਡਾ। ਸਿੰਘਾਂ ਵਾਲੇ ਬਣਾਉਣੀ, ਸਿੰਘਾਂ ਵਾਲੇ ਮੈਂ ਕੀ ਕਰਾਂ, ਆਲੂ ਵਿੱਚੋਂ ਖਰਾਬ ਆ, ਉਹ ਵਿੱਚੋਂ ਕੱਟਣੇ ਪੈਂਦੇ। ਫਿਰ ਮੈਰਾਂ ਦੀ ਇਧਰੋਂ ਦੀ ਕਲਿੱਪ ਬਣਾਇਆ ਕਰੋ, ਉਧਰ ਮੇਰਾ ਮੂੰਹ ਨਹੀਂ ਫਿਰਦਾ ਨਾ, ਵੀ ਤੂੰ ਕੋਈ ਟਰਾਲਾ ਜਿਹੜਾ ਮੋੜ ਨਹੀਂ ਕੱਟਣ ਹੁੰਦਾ ਤੇਰੇ ਕੋਲ। ਤੁਹਾਡੇ ਕੋਲ ਕੈਮਰਾ ਨਹੀਂ ਫਿਰਦਾ ਵੀ ਤਾਂ, ਮੇਰੇ ਕੋਲ ਵੀ ਨਹੀਂ ਫਿਰਦਾ। ਆ ਤੂੰ ਟਰਾਲਾ ਜੀ ਤਾਂ ਮੋੜੇ ਨਹੀਂ ਛੇਤੀ ਨਿਕਲਦਾ, ਮੈਂ ਜਿਹੜਾ ਤੁਹਾਡੇ ਕੋਲ ਕੈਮਰਾ ਜਸਟ ਨਹੀਂ ਹੁੰਦਾ ਜਸਟ। ਬੇਸਣ ਵੀ ਲਾ ਨਾ, ਇੱਕੋ ਕੋਲੀ ਚ ਘੋਲਣੀਆਂ ਸੀ ਨਾ ਸਾਰੀਆਂ ਮਸਾਲੇ, ਤੇ ਉਹ ਇਹਨਾਂ ਦੇ ਉੱਤੇ ਸੁੱਟਣਾ ਸੀ। ਕਿਸੇ ਭਾਂਡੇ ਦੂਜੇ ਵਿੱਚ ਕਰਨੇ ਸਨ। ਤੇਲ ਗਰਮ ਹੀ ਨਹੀਂ ਸੀ, ਪਾਲਕ ਵੀ ਨਹੀਂ ਹੈ ਸ਼ਾਇਦ, ਹੈ ਲੇਕਿਨ ਹੁਣ ਇੱਥੇ ਨਹੀਂ ਹੈ। ਅੱਗੇ ਗਰਮੀ ਬਹੁਤ ਜ਼ਿਆਦਾ,
ਕਾਲੂ ਪਣਾ ਰਹਿ ਗਿਆ। ਇਹ ਤੇਰਾ ਪ੍ਰਾਣੀ ਪਿਤਾ ਪੁਰਖੀ ਅਸੀਂ ਕੱਢ ਲੈਣੇ ਆ, ਇਹ ਕਿਹੜੀ ਗੱਲ। ਮੇਰੇ ਕੋਲ ਬਣੀਆਂ ਛਾਵਾਂ ਕਿਉਂ ਰਹਿ ਜਾਂਦੀਆਂ? ਮੈਨੂੰ ਕਮਜ਼ੋਰੀ ਅੱਖਾਂ? ਕਮਜ਼ੋਰੀ ਨੀ ਅੱਖਾਂ ਨੂੰ, ਅੱਖਾਂ ਦੇ ਕੇ ਚਰਬੀ ਹੈ। ਤੁਹਾਡੀ ਜ਼ਬਾਨ ਅੱਗੇ ਕੀ ਆ ਜਿਹੜਾ ਮੈਨੂੰ ਤਕਰ ਤਕਰ ਨਾਲ ਫੋਨ ਤੇ ਜਵਾਬ ਦਿੰਦੇ ਰਹੇਗੀ? ਇਹ ਪਰ ਇਹਨੇ ਹੁਲਾਇਆ ਸੀ ਚੱਕਰ। ਸਾਰਾ ਕੰਮ ਤਾਂ ਮੈਂ ਤੇਰੇ ਨਾਲ ਕਰਵਾਉਣਾ ਪਿਆ। ਇਹ ਕਿਹੜਾ ਕੰਮ ਆ ਵੀ ਚੋਰੀ ਹਲਾ ਦੇ? ਇਹ ਕੋਈ ਗਮ ਖਾਣੇ ਵੀ ਤਾਂ ਤੁਸੀਂ ਆ, ਮੈਂ ਤਾਂ ਦੋ ਦਾਣੇ ਖਾਣੇ ਤੇ ਤੁਸੀਂ ਮਸ਼ੀਨ ਚਲਾ ਦੇਣੀ। ਪਕੌੜੋਂ ਕਾ ਬੈਟਰ ਛਾਲ ਪਾ ਦੇ। ਮੈਂ ਕਹਾਂ ਕਿ ਤੁਸੀਂ ਕਹਿੰਦੇ ਸੀ ਘਿਓ ਠੰਡਾ, ਹੁਣ ਜੇ ਫਿਰ ਠੰਡਾ ਹੋਇਆ ਤਾਂ ਫਿਰ ਤੁਸੀਂ ਮੈਨੂੰ ਸੁਣਾਉਣੀ। ਹਾਂ ਤੇ ਗਰਮ ਹੋ ਜਾਂਦੇ ਫਿਰ, ਇਹ ਵਿੱਚੋਂ ਐਪ ਹੋ ਜਾਂਦੇ ਕੱਢ ਹੋ ਗਿਆ ਇਹ ਕਦ ਮੈਂ ਕੱਢ ਚੱਲ ਜਾਣਾ ਯਾਦ ਹੀ। ਨਾ ਬਈ ਮੈਂ ਅੱਗੇ ਚਿਪਸ ਬੜੇ ਔਖੇ ਪੂਰੇ ਕੀਤੇ। ਤੂੰ ਵੀ ਬੜੀ ਸਿਆਣੀ ਹੈ, ਤੈਨੂੰ ਪਤਾ ਵੀ ਨਾਲ ਅਲਾਵੇ ਦਾ ਤੇ ਇੱਧਰ ਮਸਰੂਫ ਰਵੇ ਦਾ। ਬਿਲਕੁਲ ਪਰਫੈਕਟ ਹੈ। ਚਲੋ ਫਿਰ ਰਲ ਕੇ ਖਾਵਾਂਗੇ। ਅਲੀ ਤੁਹਾਡੇ ਵਾਸਤੇ ਨੀ ਸਹੀ। ਯਾ ਜੀ ਅਸਾਂ ਚਿਪਸ ਵੰਡੇ ਨੇ। ਇਹ ਰਹਿਤਾ ਰਹਿਤਾ ਕੱਲ ਮੈਂ ਰੋਟੀ ਖਾਧੀ ਖਾਲੀ ਮੈਂ ਖਾਧੀ ਲੈ ਬਸ ਠੀਕ ਹੈ। ਮੈਂ ਰਹਿ ਕਿਤੇ ਬਾਜ਼ਾਰ ਜਾਣੀ ਨਾ ਤੇ ਐਵੇਂ ਦੇ ਛਾਬੇ ਲੈ ਕੇ ਆ, ਐਡੇ ਯੂਜ਼ਫੁਲ ਭਾਂਡਾ ਹੈ ਨਾ। ਮਾਸ਼ਾ ਮਾਸ਼ਾ ਨਹੀਂ ਮੂੰਹ ਬੰਦ ਕਿਉਂ ਕੀਤੇ ਹੁਣ ਲਾ ਨਾ। ਅੱਛਾ ਜੀ ਮੈਂ ਮਸੀ ਖੋ ਕੇ ਆਪਣੀ ਤੇਲ ਜਦੋਂ ਠੰਡਾ ਹੋ ਗਿਆ ਤੇ ਫਿਰ ਪਾਵੀ ਫੋਨ ਕੇ। ਇੱਕ ਬਰਾਗਾ ਜਿਹੜਾ ਉਹ ਤੂੰ ਹੱਥ ਨਾਲ ਪਾਣੀ, ਇੱਕ ਚਮਚੀ ਨਾਲ ਫੇਰੇ ਘਰ ਨਾਲ। ਤੁਸੀਂ ਪਤਾ ਮੇਰੀ ਚਿਪਸ ਪਈ ਆ ਮੇਰੇ ਹੱਥ ਨਾਲ। ਅੱਛਾ ਇਹ ਗੱਲ ਸੀ, ਪਹਿਲਾ ਬਰਾਗਾ ਜੀ ਇਹਨੇ ਹੱਥ ਨਾਲ ਪਾਇਆ, ਫਿਰ ਇਹਨੂੰ ਇਹਨੇ ਵੇਖਿਆ ਵੀ ਚਿਪਸ ਜਾਂਦੀ ਹੈ ਪਈ, ਫਿਰ ਇਹਨੇ ਚਮਚੀ ਨਾਲ ਜਿਹੜਾ ਦੂਜਾ ਪੂਰ ਜਿਹੜਾ ਇਹ ਚਮਚੀ ਨਾਲ ਇਹਨੇ ਪਰ ਹੁਣ ਫਿਰ ਹੱਥ ਨਾਲ। ਨਰਮ ਨਰਮ ਮਾਮਾ ਜੀ ਨੂੰ ਕੱਟੇ।
ਸਾਰੇ ਐਡੇ ਸੁਣ ਮਾਸ਼ਾਅੱਲਾ ਮਜ਼ੇਦਾਰ ਮਜ਼ੇਦਾਰ ਚਲੋ ਜੀ ਹੈ ਮਜ਼ੇ ਬਣਾ ਦਿਓ ਅੱਛਾ ਬਾਗ ਤੇ ਮਾਸ਼ਾਅੱਲਾ ਰੋਹ ਵੇਖੋ ਜੀ ਸੁਭਾਨ ਅੱਲਾ ਹਰ ਚੀਜ਼ ਨਿਖਰੀ ਨਿਖਰੀ ਹਾਲੇ ਵੀ ਬੱਦਲ ਜਿਹੜੇ ਨਾ ਸਾਰਾ ਗਹਿਰੇ ਬੱਦਲ ਨੇ ਕੋਈ ਪਤਾ ਨਹੀਂ ਕਿਹੜੇ ਵੇਲੇ ਫਿਰ ਬਾਰਿਸ਼ ਆ ਜਾਵਾਂ ਹੁਣ ਮਾਝੀ ਹਰ ਪਾਚੀ ਕੋਲ ਦੇਖ ਆਵਾਂ ਫਿਰ ਵਾਪਸ ਆਵਾਂਗਾ ਅੰਮਾ ਜੀ ਕੇ ਪਾਸ ਬੈਠਾ ਅੰਮਾ ਜੀ ਕੇ ਪਾਸ ਔਰ ਅਬ ਜਾ ਰਹਾ ਹੂੰ ਵਾਪਸ ਸਰ ਕੀ ਅਜ਼ਾਨ ਹੋ ਗਈ ਹੈ ਜਾ ਕੇ ਨਮਾਜ਼ ਅਸਰ ਅਦਾ ਕਰ ਮਾਸ਼ਾ ਅੱਲਾ ਜੀ ਸੁਬਹਾਨ ਅੱਲਾ ਕਿਆ ਅੱਲਾ ਪਾਕ ਨੇ ਹੁਸਨ ਦਿੱਤਾ ਇਸ ਪੌਦੇ ਨੂੰ ਮੇਰੇ ਤਰ੍ਹਾਂ ਅੱਛਾ ਜੀ ਅੱਧੀ ਗੱਲ ਸੋਹਣੀ ਆਖੀ ਹੈ ਅੱਧੀ ਅੰਮਾ ਜੀ ਨੇ ਪਕੌੜੇ ਦੇ ਕੇ ਆਇਆ ਮੇਰਾ ਹੱਥ ਵੀ ਸੜ ਗਿਆ ਦੇਖੋ ਪਕੌੜੇ ਖਾਂਦੇ ਆ ਦੇਖੋ ਤੇਰਾ ਬੇੜਾ ਤਰ ਜੇ ਕੜਾਈ ਲੱਗੀ ਤੇ ਜਿਹੜਾ ਨਾ ਚੇਂਜ ਆਇਲ ਠੰਡਾ ਕਰਕੇ ਪਾ ਕੇ ਤੇ ਮੈਂ ਜਿਹੜਾ ਨਾ ਬਰਤਨ ਧੋ ਦਿੱਤੇ ਆ ਉੱਤੋਂ ਪੀਤੀ ਗ੍ਰੀਨ ਟੀ ਅਲੀ ਪਕੌੜੇ ਅੰਮਾ ਜੀ ਹੁਣਾਂ ਲੈ ਕੇ ਆਇਆ ਮੈਂ ਨਹੀਂ ਦੇਣ ਗਈ ਕਿਉਂਕਿ ਹੈ ਨਾ ਇਹਨਾਂ ਨੇ ਸੁੰਡੇ ਨਿਕਲੇ ਬਾਹਰ ਮੈਂ ਉਹਨਾਂ ਨੂੰ ਡਰਦੀ ਨਹੀਂ ਗਈ ਅਤੇ ਵਲੌਗ ਦਾ ਐਂਡ ਕਰਦੇ ਹਾਂ ਅੱਲਾ ਹਾਫਿਜ਼